ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਤੇ ਅੱਜ ਅਸੀਂ ਤੁਹਾਨੂੰ ਵਿਖਾਵਾਂਗੇ ਕਿ ਸ਼ਹਿਰਾਂ ਦੇ ਲੋਕ ਨੇ ਜਿਹੜੇ ਉਹ ਮੱਖਣ ਕਿਵੇਂ ਬਣਾਉਂਦੇ ਨੇ ਤੇ ਮੱਖਣ ਦੇ ਉੱਤੋਂ ਹੀ ਦੇਸੀ ਘੀ ਕਿਵੇਂ ਬਣਦਾ ਆ ਹਾਂਜੀ ਪਹਿਲਾਂ ਤੇ ਅਸੀਂ ਮਲਾਈ ਮਤਲਬ ਕਿ ਜਿਹੜੀ ਹੈ ਉਹ 4-5 ਦਿਨਾਂ ਦੀ ਇਕੱਠੀ ਕਰਕੇ ਇੱਕ ਬਾਊਲ ਦੇ ਵਿੱਚ ਰੱਖ ਲਈ ਹੈ ਤਾਂ ਫਿਰ ਹੁਣ ਦੇਖੋ ਬਾਊਲ ਭਰਿਆ ਹੋਇਆ ਤੇ ਹੁਣ ਆਪਾਂ ਇਹਨੂੰ ਕਿਸੇ ਮਤਲਬ ਕਿ ਖੁੱਲੇ ਭਾਂਡੇ ਦੇ ਵਿੱਚ ਕੱਢ ਲਵਾਂਗੇ ਗਾਈਜ਼ ਇਹ ਹੈਗਾ ਬਲੈਂਡਰ ਤੇ ਇਹਦੇ ਨਾਲ ਮੱਖਣ ਬਹੁਤ ਛੇਤੀ ਬਣ ਜਾਂਦਾ ਹੈ ਦੇਖਿਓ 2 ਮਿੰਟ ਚ ਮੱਖਣ ਬਣ ਜਾਂਦਾ ਇਹ ਬੜੀ ਅੱਛੀ ਬਾਤ ਕਹੀ ਹੈ देखो फ्रेंड मक्खन देखो फ्रेंड मक्खन बिल्कुल तैयार है देखो कितना बढ़िया मक्खन बने है ना देखो सारी लस्सी अलग हो गई है दिख रही है लस्सी अलग हो गई है तो मक्खन अलग हो गया सारा फ्रेंड जेड़ा मक्खन जो दूध निकलता है ना उन्हें भी वेस्ट नहीं करना है ना अरे कहना क्या चाहते हो हाँ जी फ्रेंड हूँ आप बनावे मक्खन चो देसी घ्यो किवें बनता है ये साडा जो थोड़ा थोड़ा करके मक्खन बच जाता है बहुत तेज हो रहा है गर्म करके जो इजी वाले हिकल फ्रिज के रखा हुआ सीधा जम गया थोड़ा जहाँ बैठ करके ये पा लेंगे साफ कर लेना कि पानी ना हो अगर पानी हो गया तो फिर ਜਿਹੜਾ ਆਪਾਂ ਘਿਓ ਰੱਖਿਆ ਹੋਇਆ ਸੀਗਾ ਇਹ ਸਾਰਾ ਮੈਲਟ ਹੋ ਚੁੱਕਿਆ ਹੈ ਅਤੇ ਉੱਪਰ ਦੇਖੋ ਕਿੰਨੀ ਝੱਗ ਆ ਰਹੀ ਹੈ ਇਹ ਥੋੜ੍ਹੀ ਦੇਰ ਤੱਕ ਆਪਣੀ ਝੱਗ ਸਾਰੀ ਸਾਈਡ ਸਾਈਡ 'ਤੇ ਹੋ ਜਾਏਗੀ ਅਤੇ ਵਿੱਚੋਂ ਦੇਸੀ ਘੀ ਬਣ ਕੇ ਤਿਆਰ ਹੋ ਜਾਏਗਾ ਦੇਖਿਓ ਹਾਂਜੀ ਫਰੈਂਡ ਜਿੰਨੀ ਦੇਰ ਦੇਸੀ ਘੀ ਬਣ ਰਿਹਾ ਅਤੇ ਤੁਹਾਨੂੰ ਮੈਂ ਵਿਖਾਵਾਂ ਸੀ ਨਾ ਆਪਣੇ ਘਰ ਮਿਲ ਕੇ ਹੋਮਮੇਡ ਮੂੜੇ ਬਣਾਏ ਸੀ ਬੈਠਣ ਵਾਸਤੇ ਜਿਹੜਾ ਵੇਸਟ ਮਟੀਰੀਅਲ ਹੁੰਦਾ ਉਹਦੇ ਤੋਂ ਆਹ ਦੇਖੋ ਫਰੈਂਡ ਆਹ ਦੇਖੋ ਫਰੈਂਡ ਇਹ ਅਸੀਂ ਖੁਦ ਤਿਆਰ ਕੀਤੇ ਨੇ ਘਰ ਅਤੇ ਤੁਹਾਨੂੰ ਕਿਵੇਂ ਦੇ ਲੱਗੇ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅਤੇ ਅਗਰ ਜੇ ਤੁਹਾਨੂੰ ਵੀਡੀਓ ਸਾਡੀ ਪਸੰਦ ਆ ਰਹੀ ਹੈ ਤਾਂ ਲਾਈਕ ਜ਼ਰੂਰ ਕਰ ਦਿਓ प्लीज़ सपोर्ट करया करो ताई फिर अगे तो दिल करता है कि हाँ जी होर आप वीडियो बनाइए
ਸੋ ਕਿਵੇਂ ਦੇ ਲੱਗੇ ਤੁਹਾਨੂੰ ਹੋਮਮੇਡ ਮੂਹੜੇ ਸਾਡੇ, ਕਮੈਂਟ ਕਰਕੇ ਜ਼ਰੂਰ ਦੱਸਿਓ। ਹਾਂਜੀ ਭੈਣ ਦੇਖੋ, ਆਪਣਾ ਨਾ ਦੇਸੀ ਘਿਓ ਕਾਫੀ ਹੱਦ ਤੱਕ ਬਣ ਗਿਆ ਆ, ਦੇਖੋ ਬਸ ਥੋੜ੍ਹਾ ਜਿਹਾ ਹੋਰ, ਬਸ 5 ਕੁ ਮਿੰਟ ਇਹਨੂੰ ਹੋਰ ਲੱਗਣਗੇ, ਫਿਰ ਇਹ ਬਣ ਕੇ ਤਿਆਰ ਹੋ ਜਾਏਗਾ ਆਪਣਾ ਦੇਸੀ ਘਿਓ। ਅਤੇ ਦੇਸੀ ਘਿਓ ਬਣਨ ਤੋਂ ਬਾਅਦ ਜਿਹੜਾ ਇਹਦੇ ਵਿੱਚ ਬਚ ਜਾਂਦਾ ਨਾ ਬਾਅਦ ਦੇ ਵਿੱਚ ਨੀਚੇ ਰਹਿ ਜਾਂਦਾ ਬਰਾਊਨ ਬਰਾਊਨ ਜਿਹਾ, ਅਤੇ ਉਹਨੂੰ ਵੀ ਆਪਾਂ ਵੇਸਟ ਨਹੀਂ ਕਰਨਾ, ਉਹਦਾ ਵੀ ਆਪਾਂ ਯੂਜ਼ ਕਰਾਂਗੇ, ਤੁਹਾਨੂੰ ਦਿਖਾਉਂਦੀ ਹਾਂ ਮੈਂ ਵੀਡੀਓ 'ਚ, ਤਾਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ। ਹਾਂਜੀ ਜ਼ਰੂਰ ਦੇਖਿਓ, ਸਕਿਪ ਨਹੀਂ ਕਰਨੀ, ਜ਼ਰੂਰ ਦੇਖਣੀ ਹੈ ਵੀਡੀਓ। ਹਾਂਜੀ ਫਰੈਂਡ, ਹੁਣ ਆਪਣਾ ਦੇਸੀ ਘਿਓ ਬਿਲਕੁਲ ਬਣ ਗਿਆ ਆ, ਦੇਖੋ ਇਹ ਸਾਰੀ ਝੱਗ ਆ ਗਈ ਉੱਤੇ, ਦੇਸੀ ਘਿਓ ਨੀਚੇ ਬਣ ਚੁੱਕਿਆ। ਅਤੇ ਹੁਣ ਆਪਾਂ ਗੈਸ ਨੂੰ ਕਰ ਦਿੰਦੇ ਹਾਂ ਬੰਦ, ਅਤੇ ਇਹਨੂੰ ਥੋੜ੍ਹੀ ਦੇਰ ਠੰਡਾ ਹੋਣ ਦਿੰਦੇ ਹਾਂ 5-10 ਮਿੰਟ ਤੋਂ ਬਾਅਦ, ਫਿਰ ਇਹਨੂੰ ਮੈਂ ਭੁਣ ਕੇ ਇੱਕ ਬਾਊਲ ਦੇ ਵਿੱਚ ਪਾ ਲਵਾਂਗੀ, ਅਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਮੈਂ ਦੱਸਦੀ ਹਾਂ ਮੈਂ ਇਹਦਾ ਕੀ ਕਰਦੀ ਹਾਂ। ਰੁਕੋ ਜਰਾ, ਸਬਰ ਕਰੋ, ਬੋਲਾ ਧੱਕਾ ਬੁੱਕੀ ਨਹੀਂ ਕਰਨੇ ਕਾ, ਆਰਾਮ ਸੇ ਲੈਣੇ ਕਾ। ਹਾਂ ਹਾਂਜੀ ਫਰੈਂਡ, ਜਿੰਨੀ ਦੇਰ ਹੁਣ ਆਪਣਾ ਦੇਸੀ ਘੀ ਠੰਡਾ ਹੋ ਰਿਹਾ ਹੈ, ਉਨੀ ਦੇਰ ਆਪਾਂ ਇੱਕ ਬਾਊਲ ਦੇ ਵਿੱਚ ਨਾ ਆਟੇ ਨੂੰ ਥੋੜ੍ਹਾ ਜਿਹਾ ਭੁੰਨ ਲੈਂਦੇ ਹਾਂ, ਬਿਨਾਂ ਦੇਸੀ ਘਿਓ ਤੋਂ, ਮਤਲਬ ਕਿ ਕੁਛ ਨਹੀਂ ਪਾਉਣਾ, ਸਿਰਫ ਜਸਟ ਐਵੇਂ ਹੀ ਆਟਾ ਹੀ ਭੁੰਨਣਾ ਆ। ਆਪਣੀ ਲੋੜ ਮੁਤਾਬਿਕ ਥੋੜ੍ਹਾ ਜਿਹਾ ਆਟਾ ਪਾਉਣਾ ਆ, ਜਿੰਨਾ ਕੁ ਆਪਾਂ ਨੂੰ ਚਾਹੀਦਾ ਆ, ਇਹ ਨਹੀਂ ਹੈਗਾ ਕਿ ਆਪਾਂ ਬਹੁਤ ਸਾਰਾ ਵਿੱਚ ਪਾ ਲਈ ਅਤੇ ਜਿਹੜਾ ਦੇਸੀ ਘਿਓ ਬਣਾਇਆ ਸਾਰਾ ਉਹਦੇ ਵਿੱਚ ਹੀ ਜਾਏ, ਮਤਲਬ ਕਿ ਥੋੜ੍ਹਾ ਜਿਹਾ। ਵਾਹ ਦੀਦੀ, ਵਾਹ ਦੀਦੀ, ਦੀਦੀ ਵਾਹ ਦੀਦੀ, ਦੀਦੀ ਦੀਦੀ। ਤੁਸੀਂ ਆਈਡੀਆ ਲਗਾ ਹੀ ਲਿਆ ਹੋਣਾ ਕਿ ਮੈਂ ਕੀ ਬਣਾਉਣ ਲੱਗੀ ਹਾਂ, ਅਤੇ ਜੇ ਆਈਡੀਆ ਆ ਗਿਆ ਤੁਹਾਨੂੰ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਦੇਖੋ ਕਿੰਨਾ ਸੋਹਣਾ ਕਲਰ ਆਇਆ ਪੰਜੀਰੀ ਦਾ,
ਤੇ ਆਪਾਂ ਨੂੰ ਇਹਦੇ ਵਿੱਚੋਂ ਕੁਛ ਮਤਲਬ ਕਿ ਵੇਸਟ ਨਹੀਂ ਹੋਇਆ ਸਮਾਨ ਆਪਣਾ ਸਾਰਾ ਕੁਛ ਜੂਸ ਦੇ ਵਿੱਚ ਆ ਚੁੱਕਿਆ ਤੇ ਹੁਣ ਆਪਾਂ ਗੈਸ ਕਰ ਦਈਏ ਬੰਦ ਤੇ ਆ ਦੇਖੋ ਇਹ ਮੈਂ ਬਣਾਇਆ ਘਿਓ ਤੇ ਇਹ ਬਣਾਇਆ ਸੀ ਮੱਖਣ ਦੇਖੋ ਮੱਖਣ ਬਹੁਤ ਵਧੀਆ ਬਣਿਆ ਤੇ ਘਿਓ ਵੀ ਤੇ ਪੰਜੀਰੀ ਵੀ ਹਾਂਜੀ ਫਰੈਂਡ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਐਂਡ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਮਿਲਦੇ ਹਾਂ ਅਸੀਂ ਤੁਹਾਨੂੰ ਨੈਕਸਟ ਵੀਡੀਓ 'ਚ ਥੈਂਕਸ ਫੋਰ ਵਾਚਿੰਗ ਮਾਈ ਵੀਡੀਓ ਬਾਏ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ